ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਹਿਰੇਦਾਰ ਚੈਨਲ ਦੇਖ ਰਹੇ ਦਰਸ਼ਕਾਂ ਦਾ ਮੈਂ ਰੀਨਾ ਰਤੂ ਸਵਾਗਤ ਕਰਦੀ ਹਾਂ ਹਾਜ਼ਰਾਂ ਤੁਹਾਡੇ ਲਈ ਅੱਜ ਦਾ ਮੁੱਦਾ ਪ੍ਰੋਗਰਾਮ ਲੈ ਕੇ। ਸਾਡਾ ਅੱਜ ਦਾ ਮੁੱਦਾ ਹੈ, ਅੱਜ ਤੋਂ ਇਤਿਹਾਸਿਕ ਦਿਹਾੜੇ ਮਨਾਏ ਜਾ ਰਹੇ ਹਨ। ਪਹਿਲਾ ਮਾਂ ਦਿਵਸ ਅਤੇ ਦੂਸਰਾ ਰੈੱਡ ਕ੍ਰਾਸ ਦਿਵਸ ਮਨਾਇਆ ਜਾ ਰਿਹਾ ਹੈ। ਸਾਡਾ ਅੱਜ ਦਾ ਮੁੱਦਾ ਇਸੇ ਸੰਬੰਧੀ। ਸਾਡੇ ਨਾਲ ਸਟੂਡੀਓ 'ਚ ਮੌਜੂਦ ਨੇ ਪਹਿਰੇਦਾਰ ਦੇ ਮੁੱਖ ਸੰਪਾਦਕ ਸਰਦਾਰ ਜਸਪਾਲ ਸਿੰਘ ਹੀਰਾ ਜੀ। ਵੀਰ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਭ ਤੋਂ ਪਹਿਲਾਂ ਮਾਂ ਦਿਵਸ ਬਾਰੇ ਸਾਡੇ ਦਰਸ਼ਕਾਂ ਨੂੰ ਵਿਸਤਾਰ ਸਹਿਤ ਦੱਸੋ। ਦੇਖੋ ਬਾਬਾ, ਵਾਰ ਵਾਰ ਇੱਕ ਗੱਲ, ਕਿਉਂਕਿ 365 ਦਿਨ ਨੇ ਅਤੇ ਹੁਣ ਜਦੋਂ ਦੀ ਇਹ ਨਵੀਂ ਇੱਕ ਸਭਿਅਤਾ, ਜਾਂ ਅਸੀਂ ਕਹਿ ਦਈਏ ਕਿ ਪੱਛਮ ਦਾ ਜਿਹੜਾ ਪ੍ਰਭਾਵ ਵੱਧਦਾ, ਖਾਸ ਕਰਕੇ ਵਿਸ਼ੇਸ਼ ਰੂਪ ਦੇ ਵਿੱਚ ਜਿਹੜੀਆਂ ਮਲਟੀ ਨੇਸ਼ਨ ਕੰਪਨੀਆਂ ਨੇ, ਉਹਨਾਂ ਨੇ ਆਪਣੇ ਜਿਹੜੇ ਪ੍ਰੋਡਕਟ ਨੇ, ਜਿਹੜਾ ਆਪਣਾ ਉਤਪਾਦਨ ਹੈ, ਉਹਨਾਂ ਦੀ ਵਿਕਰੀ ਦੇ ਲਈ ਉਹਨਾਂ ਨੇ ਹਰ ਦਿਨ ਨੂੰ ਕਿਸੇ ਨਾ ਕਿਸੇ ਇਨਾਮ ਦੇ ਕੇ ਜੋੜ ਦਿੱਤਾ ਅਤੇ ਉਹਨਾਂ ਦੇ ਪ੍ਰੋਡਕਟਾਂ ਦੀ ਵਿਕਰੀ ਆ ਉਹਨਾਂ ਦਿਨਾਂ ਦੇ ਨਾਲ ਉਸੇ ਤਰ੍ਹਾਂ ਉਹਨਾਂ ਨੇ ਜੋੜ ਦਿੱਤੀ ਹੈ। ਸੋ ਭਾਵੇਂ ਕਿ ਜਿਹੜੇ ਅੱਜ ਦੇ ਦਿਹਾੜੇ ਦੇ ਦਿਨ ਨੇ, ਜਿਹੜੇ ਗੱਲ ਕੀਤੀ ਜਾਂਦੀ ਹੈ, ਜਿਵੇਂ ਕਿ ਮਦਰਸ ਡੇ ਆ, ਮਾਂ ਦਾ ਦਿਨ ਆ। ਸੋ ਮਾਂ ਦਾ ਜਿਹੜਾ ਅਸੀਂ ਗੱਲ ਕਰ ਸਕਦੇ ਹਾਂ ਕਿ ਮਾਂ ਸ਼ਬਦ ਆ, ਮਾਂ ਦੀ ਜਿਹੜੀ ਦੇਣ ਆ, ਮਾਂ ਦਾ ਜਿਹੜਾ ਸਥਾਨ ਆ, ਮਾਂ ਦਾ ਜਿਹੜਾ ਮਹੱਤਵ ਆ, ਉਹਦਾ ਦੁਨੀਆਂ 'ਚ ਕੋਈ ਮੁਕਾਬਲਾ ਨਹੀਂ। ਸੋ ਇਹ ਦਿਨ ਦੀ ਜਿਹੜੀ ਆਪਣੀ ਮਹਾਨਤਾ, ਇਹ ਬਹੁਤ ਵੱਡੀ ਮਹਾਨਤਾ ਹੈ ਅਤੇ ਹਰ ਮਈ ਦਾ ਜਿਹੜਾ ਸੈਕੰਡ ਸੰਡੇ ਆਉਂਦਾ ਵਾ, ਦੂਜਾ ਐਤਵਾਰ ਆਉਂਦਾ, ਉਦੋਂ ਇਹ ਪੂਰੇ ਵਿਸ਼ਵ ਦੇ ਵਿੱਚ ਮਦਰਸ ਡੇ ਮਨਾਇਆ ਜਾਂਦਾ। ਜਿਵੇਂ ਕਿ ਮੈਂ ਪਹਿਲਾਂ ਗੱਲ ਕੀਤੀ ਆ ਕਿ ਇਹਨਾਂ ਦਿਨਾਂ ਦੀ ਜਿਹੜੀ ਅਸਲੀ ਮਹਾਨਤਾ ਸੀ, ਜਿਹੜਾ ਇਹਨਾਂ ਦਿਨਾਂ ਦਾ ਸੁਨੇਹਾ, ਉਹਨੂੰ ਛੱਡ ਕੇ ਜਿਹੜਾ ਪਦਾਰਥਵਾਦ ਦਾ ਘੇਰਾ ਪੈ ਗਿਆ ਕਿ ਮਦਰਸ ਡੇ ਹੈ ਜੀ, ਇਹ ਗਿਫਟ ਦੇਣੀ ਹੈ ਜੀ, ਆਹ ਕਰਨਾ ਜੀ, ਆਹ ਕਰਨਾ ਜੀ, ਮਤਲਬ ਉਹਨੂੰ ਪਦਾਰਥ ਦੇ ਲਪੇਟੇ 'ਚ ਹੀ ਲਪੇਟਤਾ, ਉਹਦੀ ਜਿਹੜੀ ਅੰਦਰੂਨੀ ਮਹਾਨਤਾ ਉਹ ਅਸੀਂ ਖਤਮ ਕਰਤੀ। ਸੋ ਇਹ ਮਦਰਸ ਡੇ ਜਿਹੜਾ ਦੁਨੀਆਂ ਦੇ ਵਿੱਚ ਮਨਾਉਣਾ ਸ਼ੁਰੂ ਹੋਇਆ, ਜੇ ਅਸੀਂ ਮਤਲਬ ਇਸ ਦਿਨ ਦੀ ਮਹਾਨਤਾ ਦੀ ਗੱਲ ਕਰਦੇ ਹਾਂ ਤਾਂ ਮੈਂ ਪਹਿਲਾਂ ਗੱਲ ਕੀਤੀ ਆ ਕਿ ਦੁਨੀਆਂ ਦੇ ਵਿੱਚ ਇੱਕੋ ਇੱਕ ਮਾਂ ਹੈ। ਅੱਜ ਪਹਿਰੇਦਾਰ ਦਾ ਜਿਹੜਾ ਉਹ ਵਿਚਾਰ ਆ, ਉਹਦੇ 'ਚ ਵੀ ਮੈਂ ਲਿਖਿਆ ਕਿ ਦੁਨੀਆਂ 'ਚ ਬਹੁਤ ਸਾਰੇ ਲੋਕ ਨੇ ਜਿਹੜੇ ਰੱਬ ਨੂੰ ਵੀ ਨਹੀਂ ਪ੍ਰਵਾਨ ਕਰਦੇ, ਕੋਈ ਰੱਬ ਦੀ ਹੋਂਦ ਨੂੰ ਨਹੀਂ ਪ੍ਰਵਾਨ ਕਰਦੇ। ਜਿਹੜੇ ਕਮਿਊਨਿਸਟ ਵਿਚਾਰਧਾਰਾ ਦੇ ਲੋਕ ਨੇ ਉਹ ਰੱਬ ਦੀ ਹੋਂਦ ਨੂੰ ਵੀ ਪ੍ਰਵਾਨ ਨਹੀਂ ਕਰਦੇ, ਪਰੰਤੂ ਰੱਬ ਮਾਂ ਦੁਨੀਆਂ ਦਾ ਇੱਕ ਇਹੋ ਜਿਹਾ ਰੱਬ ਆ ਜਿਹਦੇ ਬਾਰੇ ਕੋਈ ਵੀ ਨਾਸਤਕ ਨਹੀਂ। ਦੁਨੀਆਂ ਦਾ ਕੋਈ ਵੀ ਵਿਅਕਤੀ ਆ ਜਿਹੜਾ ਉਹ ਚਾਹੇ ਕਿਸੇ ਸੋਚ ਨਾਲ, ਕਿਸੇ ਵਿਚਾਰਧਾਰਾ ਨਾਲ, ਕਿਸੇ ਧਰਮ ਨਾਲ ਸੰਬੰਧਿਤ ਆ, ਉਹ ਮਾਂ ਦੀ ਮਹਾਨਤਾ ਬਾਰੇ, ਮਾਂ ਦੀ ਮਮਤਾ ਬਾਰੇ, ਮਾਂ ਦੀ ਕੁਰਬਾਨੀ ਬਾਰੇ ਮਤਲਬ ਇਨਕਾਰੀ ਨਹੀਂ ਹੋ ਸਕਦਾ। ਮਤਲਬ ਮਾਂ ਦੁਨੀਆਂ ਦਾ ਇਹੋ ਜਿਹਾ ਰੱਬ ਆ ਜਿਹਦੇ ਬਾਰੇ ਕੋਈ ਵੀ ਨਾਸਤਕ ਨਹੀਂ ਹੋ ਸਕਦਾ। ਦੂਸਰੇ ਪਾਸੇ ਵੀ ਪਰਮਾਤਮਾ ਅਤੇ ਆਤਮਾ, ਇਹ ਦੋ ਸ਼ਬਦ ਨੇ ਜਿਨ੍ਹਾਂ 'ਤੇ ਦੁਨੀਆਂ ਦੀ ਸਮੁੱਚੀ ਹੋਂਦ। ਪਰਮਾਤਮਾ ਜਿਹੜਾ ਬ੍ਰਹਿਮੰਡ ਦਾ ਕਰਤਾ, ਜਿਹੜਾ ਇਸ ਬ੍ਰਹਿਮੰਡ ਨੂੰ ਪੈਦਾ ਕਰਨ ਵਾਲਾ ਬ੍ਰਹਿਮੰਡ ਦਾ ਕਰਤਾ, ਅਤੇ ਆਤਮਾ ਕਾਰਨ ਇਹ ਬ੍ਰਹਿਮੰਡ ਦੀ ਹੋਂਦ ਆ। ਸੋ ਇਹ ਦੋਨੇ ਸ਼ਬਦ ਵੀ ਆ ਜਿਹੜੇ ਪਰਮਾਤਮਾ ਅਤੇ ਆਤਮਾ, ਇਹਨਾਂ ਦੀ ਸੰਪੂਰਨਤਾ, ਜਿਹੜੀ ਪਰਮਾਤਮਾ ਦੀ ਸੰਪੂਰਨਤਾ ਵੀ ਮਾਂ ਨਾਲ ਆ, ਆਤਮਾ ਦੀ ਸੰਪੂਰਨਤਾ ਵੀ ਮਾਂ ਨਾਲ। ਸੋ ਮਾਂ ਦੀ ਇੱਕ ਬਹੁਤ ਵੱਡੀ ਦੇਣ ਆ ਦੁਨੀਆਂ ਦੇ। ਜੇ ਅਸੀਂ ਸਾਰੇ ਰਿਸ਼ਤਿਆਂ ਦੀ ਗੱਲ ਕਰੀਏ, ਦੁਨੀਆਂ ਦੇ ਸਾਰੇ ਰਿਸ਼ਤੇ ਨੇ ਜਿਹੜੇ ਉਹ ਜੇ
ਕੋਈ ਉਹਦੇ ਵਿੱਚ ਨਾ ਪੱਖੀ ਗੱਲ ਆ ਜਾਂਦੀ ਆ, ਕੋਈ ਦੁਖਦਾਈ ਗੱਲ ਆ ਜਾਂਦੀ ਆ, ਉਹ ਰਿਸ਼ਤੇ ਟੁੱਟ ਜਾਂਦੇ ਨੇ, ਖੁਰ ਜਾਂਦੇ ਨੇ, ਦੂਰ ਹੋ ਜਾਂਦੇ ਨੇ। ਈਵਨ ਕਿ ਪਤੀ ਪਤਨੀ ਦੇ ਰਿਸ਼ਤੇ ਦੀ ਵੀ ਅਸੀਂ ਗੱਲ ਕਰ ਲਈਏ, ਹੋਰ ਰਿਸ਼ਤਿਆਂ ਦੀ ਵੀ ਅਸੀਂ ਗੱਲ ਕਰ ਲਈਏ, ਕਿ ਜਿੱਥੇ ਉਹਨਾਂ ਰਿਸ਼ਤਿਆਂ ਦੇ ਵਿੱਚ ਘਾਟ ਬਾਅਦ ਪੈਦਾ ਹੋ ਜਾਂਦੀ ਹੈ, ਕੜੱਤਣ ਪੈਦਾ ਹੋ ਜਾਂਦੀ ਹੈ, ਉਹ ਰਿਸ਼ਤੇ ਟੁੱਟੇ। ਪਰ ਇੱਕ ਮਾਂ ਦਾ ਰਿਸ਼ਤਾ ਜਿਹੜਾ ਜਿਹੜਾ ਦੁੱਖਾਂ 'ਚ ਹੁੰਦਿਆਂ ਹੋਇਆ ਵੀ, ਮਾਂ ਵਾ ਜਿਹੜੀ ਬੱਚੇ ਦੇ ਜਨਮ ਤੋਂ ਲੈ ਕੇ ਅਤੇ ਜਦੋਂ ਬੁੱਢੀ ਹੋ ਜਾਂਦੀ ਆ, ਉਹ ਬਜ਼ੁਰਗ ਹੋ ਜਾਂਦੀ ਆ, ਉਦੋਂ ਵੀ ਉਹਦੀਆਂ ਅੱਖਾਂ ਨੇ ਕਿ ਮੇਰਾ ਜਿਹੜਾ ਬੱਚਾ ਉਹ ਵਾਪਸ ਨਹੀਂ ਆਇਆ, ਘਰ ਨਹੀਂ ਆਇਆ, ਉਹ 12 ਵਜੇ 2 ਵਜੇ 4 ਵਜੇ ਤੱਕ ਵੀ ਉਹਦੀ ਉਡੀਕ 'ਚ ਉਹਦੀਆਂ ਅੱਖਾਂ ਦਰਵਾਜ਼ੇ ਵੱਲ ਲੱਗੀਆਂ ਰਹਿੰਦੀਆਂ ਨੇ। ਸੋ ਇੱਕ ਮਾਂ ਦਾ ਰਿਸ਼ਤਾ ਵਾ ਜਿਹੜਾ ਸ਼ੁਰੂ ਤੋਂ ਲੈ ਕੇ ਅਖੀਰ ਤੱਕ ਉਹ ਇੱਕੋ 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 ਧੜਕਣ ਆ ਜਿਹੜੀ, ਉਹਦੀ ਮਮਤਾ ਦੀ ਧੜਕਣ ਦੇ ਨਾਲ ਹੀ ਧੜਕਦਾ। ਸੋ ਇਹ ਠੀਕ ਹੈ ਕਿ ਅੱਜ ਦੇ ਦਿਨ ਸਾਡੀ ਸਭ ਤੋਂ ਵੱਡੀ ਲੋੜ ਆ ਕਿ ਮਾਂ ਦੀ ਮਮਤਾ ਦੀ ਗੱਲ, ਮਾਂ ਦੀ ਕੁਰਬਾਨੀ ਦੀ ਗੱਲ, ਅਤੇ ਸਭ ਤੋਂ ਉਸ ਤੋਂ ਅਗਲੀ ਗੱਲ ਜਿਹੜੀ ਦੁਨੀਆਂ ਦੇ ਵਿੱਚ ਨੈਪੋਲੀਅਨ ਵਰਗੇ ਨੇ ਕਹੀ ਸੀ ਕਿ ਮੈਨੂੰ ਚੰਗੀਆਂ ਮਾਵਾਂ ਦਿਓ ਅਤੇ ਮੈਂ ਤੁਹਾਨੂੰ ਮਹਾਨ ਰਾਸ਼ਟਰ ਆ ਜਿਹੜਾ ਮਹਾਨ ਦੇਸ਼ ਆ ਉਹ ਦੇ ਸਕਦਾ। ਮਾਂ ਜਿਹੜੀ ਉਹ ਸਭ ਤੋਂ ਪਹਿਲੀ ਗੁਰੂ ਵੀ ਆ। ਸੋ ਜਿਸ ਦੇਸ਼ ਦੇ ਵਿੱਚ ਚੰਗੀਆਂ ਸਿਆਣੀਆਂ ਸੂਝਵਾਨ ਮਾਵਾਂ ਨੇ, ਉਸ ਦੇਸ਼ ਦੀ ਜਿਹੜੀ ਪੀੜ੍ਹੀ ਆ, ਪੀੜ੍ਹੀ ਦਰ ਪੀੜ੍ਹੀ ਆ ਜਿਹੜੀ, ਉਹ ਉਸ ਦੇਸ਼ ਨੂੰ ਅੱਗੇ ਲੈ ਕੇ ਜਾਣ ਵਾਲੀ ਵੀ ਆਊਗੀ। ਅੱਜ ਦੀ ਮਾਂ ਤੇ ਮਾਂ ਅਤੇ ਬੱਚੇ ਦੇ ਰਿਸ਼ਤੇ ਬਾਰੇ ਤੁਸੀਂ ਕਿਹੜੀ ਟਿੱਪਣੀ ਕਰੋਗੇ? ਮੈਂ ਜਿਸ ਤਰ੍ਹਾਂ ਮੈਂ ਪਹਿਲਾਂ ਗੱਲ ਕੀਤੀ ਸੀ ਕਿ ਮਾਂ ਦਾ ਇੱਕ ਰਿਸ਼ਤਾ ਬੜਾ ਪਵਿੱਤਰ ਰਿਸ਼ਤਾ ਜੀ, ਜਿਹੜਾ ਸ਼ੁਰੂ ਤੋਂ ਲੈ ਕੇ ਅਖੀਰ ਤੱਕ, ਮਤਲਬ ਉਹਦੇ ਵਿੱਚ ਕੋਈ ਤਬਦੀਲੀ ਨਹੀਂ ਆਉਂਦੀ। ਉਹ ਉਸੇ ਤਰ੍ਹਾਂ ਆਪਦੇ ਬੱਚੇ ਲਈ, ਚਾਹੇ ਬੱਚਾ ਉਹਦਾ ਬੁੱਢਾ ਵੀ ਹੋ ਜਾਂਦਾ ਵਾ, 70 ਸਾਲ ਦਾ ਵੀ ਹੋ ਜਾਂਦਾ ਵਾ, ਉਹਦੇ ਲਈ ਉਹ ਬੱਚਾ ਹੀ ਰਹਿੰਦਾ, ਉਹਦੇ ਉਹਦੀ ਮਮਤਾ 'ਚ ਕੋਈ ਤਬਦੀਲੀ ਨਹੀਂ ਉਹਦੇ ਲਈ ਆਉਂਦੀ। ਪਰੰਤੂ ਹੁਣ ਕਿਉਂਕਿ ਸਮਾਂ ਹੈ ਜਿਹੜਾ, ਉਹ ਇਸ ਤਰ੍ਹਾਂ ਦਾ ਪਦਾਰਥਵਾਦ ਦਾ ਅਤੇ ਸਵਾਰਥਵਾਦ ਦਾ ਸਮਾਂ ਆ ਗਿਆ ਕਿ ਰਿਸ਼ਤੇ ਨੇ ਜਿਹੜੇ ਉਹ ਤਿੜਕਣ ਲੱਗ ਪਏ ਨੇ ਜੀ। ਕਦੇ ਅਸੀਂ ਗੱਲ ਕਰਦੇ ਸੀ ਕਿ ਇੱਕ ਪੁੱਤਰ ਆ ਜਿਹੜਾ, ਉਹ ਆਪਣੀ ਮਤਲਬ ਪ੍ਰੇਮਿਕਾ ਦੇ ਪਿੱਛੇ ਲੱਗ ਕੇ ਆਪਣੀ ਮਾਂ ਦਾ ਕਲੇਜਾ ਕੱਢ ਕੇ ਲਿਆਉਂਦਾ ਜੀ, ਠੋਕਰ ਲੱਗਦੀ ਆ, ਡਿੱਗਦਾ ਵਾ, ਅਤੇ ਉਹ ਕਲੇਜਾ ਮਾਂ ਦਾ ਬੋਲਦਾ ਕਿ ਪੁੱਤ ਸੱਟ ਤਾਂ ਨਹੀਂ ਲੱਗੇ ਜੀ। ਹੁਣ ਅੱਜ ਅਸੀਂ ਇਹ ਖ਼ਬਰਾਂ ਵੀ ਪੜ੍ਹਨ ਲੱਗ ਗਏ ਹਾਂ ਕਿ ਇਸ਼ਕ 'ਚ ਅੰਨੀ ਹੋਈ ਮਾਂ ਜਿਹੜੀ ਉਹ ਆਪਣੇ ਬੱਚਿਆਂ ਤੱਕ ਨੂੰ ਕਤਲ ਕਰਨ ਲੱਗ ਪਈ ਰਸਤੇ 'ਚੋਂ ਹਟਾਉਣ ਦੇ ਲਈ। ਸੋ ਇਹ ਇੱਕ ਜਿਹੜੀ ਤਬਦੀਲੀ ਆਈ ਹੈ ਮਾਂ ਦੇ ਕਿਰਦਾਰ ਦੇ ਵਿੱਚ, ਉਹ ਬਹੁਤ ਗੰਭੀਰ ਅਤੇ ਚਿੰਤਾਜਨਕ ਹੈ। ਸੋ ਜੇ ਅੱਜ ਸਮੁੱਚੇ ਜਿਹੜਾ ਅਸੀਂ ਸਾਡਾ ਨੈਤਿਕ ਢਾਂਚਾ, ਸਾਡੇ ਜਿਹੜੇ ਰਿਸ਼ਤੇ ਨੇ, ਜਿਹੜੀ ਉਹਨਾਂ ਦੇ ਵਿੱਚ ਇੱਕ ਤਰੇੜ ਆ ਗਈ ਆ, ਜਿਹੜੀ ਉਹਨਾਂ 'ਚ ਗਿਰਾਵਟ ਆ ਗਈ ਆ, ਉਹਦੇ 'ਚੋਂ ਮਾਂ ਦਾ ਰਿਸ਼ਤਾ ਵੀ ਆ ਜਿਹੜਾ, ਉਹ ਵੀ ਮਤਲਬ ਪਾਸੇ ਨਹੀਂ ਰਹਿ ਸਕਿਆ, ਉਹ ਵੀ ਅਛੂਤਾ ਨਹੀਂ ਰਹਿ ਸਕਿਆ, ਉਹ ਵੀ ਇਹਦੇ ਨਾਲ ਪ੍ਰਭਾਵਿਤ ਹੋ ਗਿਆ, ਜੋ ਅੱਜ ਦੀ ਹਨੇਰੀ ਆ ਜਿਹੜੀ ਉਹ ਚੱਲੀ ਹੋਈ ਆ। ਸੋ ਇਹ ਗੱਲ ਸਾਡੇ ਸਾਹਮਣੇ ਆ ਕਿ ਜੇ ਅੱਜ ਅਸੀਂ ਸੁਣਦੇ ਹਾਂ ਕਿ ਮਾਂ ਨੇ ਪੁੱਤ ਦਾ ਕਤਲ ਕਰਤਾ, ਜਾਂ ਮਾਂ ਨੇ ਆਪਣੇ ਪ੍ਰੇਮੀ ਨਾਲ ਰਲ ਕੇ ਆਪਣੇ ਬੱਚਿਆਂ ਦੇ ਆਪਣੇ ਪਤੀ ਦਾ ਕਤਲ ਕਰਤਾ, ਸੋ ਇਹ ਜਿਹੜੇ ਰਿਸ਼ਤਿਆਂ ਦੇ ਵਿੱਚ ਐਡੀ ਵੱਡੀ ਤਰੇੜ ਆਈ ਆ ਜਿਹੜੀ ਮੈਂ ਗੱਲ ਕਰਦਾ ਕਿ ਮਾਂ ਤਾਂ ਬਚਪਨ ਤੋਂ ਲੈ ਕੇ ਐਂਡ ਤੱਕ ਉਹਦੇ 'ਚ ਕੋਈ ਤਬਦੀਲੀ ਨਹੀਂ ਹੁੰਦੀ, ਪਰੰਤੂ ਹੁਣ ਜਿਹੜੀ ਇਹ ਤਰੇੜ ਆਉਣੀ ਸ਼ੁਰੂ ਹੋ ਗਿਆ, ਰਿਸ਼ਤੇ ਸਾਡੇ ਤਿੜਕਣੇ ਸ਼ੁਰੂ ਹੋ ਗਏ। ਸੋ ਇਹਦੇ ਵਿੱਚ ਸਭ ਤੋਂ ਵੱਡੀ ਗੱਲ ਇਹ ਆ ਕਿ ਅੱਜ ਸਾਡੀ ਸੋਚ ਅਤੇ ਸਵਾਰਥ ਅਤੇ ਪਦਾਰਥ ਆ ਜਿਹੜਾ ਉਹ ਭਾਰੂ ਹੋ ਗਿਆ, ਜਿਹੜੀਆਂ ਮੋਹ ਦੀਆਂ
ਤੰਗਾਂ ਤੰਦਾਂ ਸੀ ਜਿਹੜੀਆਂ, ਮੋਹ ਦੀਆਂ ਤੰਦਾਂ ਸੀ ਜਿਹੜੀਆਂ, ਸੱਚੇ ਪਿਆਰ ਦੀਆਂ ਤੰਦਾਂ ਸੀ ਜਿਹੜੀਆਂ, ਉਹ ਅੱਜ ਮਤਲਬ ਖਤਮ ਹੋ ਰਹੀਆਂ ਨੇ, ਝਿੜਕ ਰਹੀਆਂ ਨੇ, ਟੁੱਟ ਰਹੀਆਂ ਨੇ। ਉਹਦੇ ਕਾਰਨ ਮਮਤਾ ਦੀ ਜਿਹੜੀ ਮੂਰਤ ਮਾਂ ਮੰਨੀ ਜਾਂਦੀ ਸੀ, ਅੱਜ ਕਿਤੇ ਨਾ ਕਿਤੇ ਉਹਦਾ ਜ਼ਾਲਮ ਰੂਪ ਵੀ ਸਾਹਮਣੇ ਆਉਣ ਲੱਗ ਪਿਆ। ਸੋ ਇਹ ਜਿਹੜਾ ਸਮੇਂ ਦੇ ਤਬਦੀਲੀ ਆ ਰਹੀ ਹੈ, ਤੇਜ਼ੀ ਨਾਲ ਤਬਦੀਲੀ ਆ ਰਹੀ ਆ। ਜਿਵੇਂ ਅਸੀਂ ਵਾਰ ਵਾਰ ਇੱਕ ਗੱਲ ਕਰਦੇ ਹਾਂ ਕਿ ਮਾਂ ਜਿਹੜੀ ਉਹ ਮੁੱਢਲਾ ਗੁਰਦੇਵ ਆ, ਮੁੱਢਲਾ ਗੁਰਦੇਵ ਆ, ਗੁਰਦੇਵ ਮਾਤਾ, ਗੁਰਦੇਵ ਪਿਤਾ, ਗੁਰਦੇਵ ਸਵਾਮੀ, ਮੁੱਢਲਾ ਗੁਰਦੇਵ ਆ। ਸੋ ਮਾਂ ਨੇ ਜਿਹੜੀ ਬਚਪਨ ਚ ਕਦੇ ਸਿੱਖਿਆ ਦਿੰਦੀ ਸੀ, ਮਾਂ ਲੋਰੀਆਂ ਸੁਣਾਉਂਦੀ ਸੀ, ਮਾਂ ਆਪਣੇ ਮਤਲਬ ਗੋਡੇ ਨਾਲ ਬਿਠਾ ਕੇ, ਦਾਦੀ ਜਾਂ ਨਾਨੀ ਆਪਣੇ ਗੋਡੇ ਨਾਲ ਬਿਠਾ ਕੇ ਬੱਚਿਆਂ ਨੂੰ ਸਾਖੀਆਂ ਸੁਣਾਉਂਦੀ ਸੀ, ਪੁਰਾਤਨ ਇਤਿਹਾਸ ਸੁਣਾਉਂਦੀ ਸੀ। ਅੱਜ ਉਹ ਸਾਰਾ ਕੁਛ ਖਤਮ ਹੋ ਗਿਆ। ਉਹਦੀ ਬਜਾਏ ਇਹ ਆ ਕਿ ਮਾਂ ਜਿਹੜੀ ਉਹ ਟੀਵੀ ਤੇ ਉਹ ਸੀਰੀਅਲ ਦੇਖ ਰਹੀ ਆ। ਅੱਜ ਤੁਸੀਂ ਇਸ ਗੱਲ ਦਾ ਅੰਦਾਜ਼ਾ ਲਓ ਕਿ ਜਿੰਨੇ ਹਿੰਦੀ ਚੈਨਲਾਂ ਤੇ ਸੀਰੀਅਲ ਚੱਲਦੇ ਨੇ, ਜੇ ਤੁਸੀਂ ਉਹਨਾਂ ਸਾਰਿਆਂ ਦੀ ਸਮੀਖਿਆ ਕਰੋ ਤੇ ਉਹਦੇ ਚ ਔਰਤ ਨੂੰ ਕੀ ਦਿਖਾਇਆ ਗਿਆ ਕਿ ਜੇ ਅੱਜ ਦੁਨੀਆਂ 'ਚ ਜਿਹੜੇ ਵੀ ਪੁਆੜੇ ਨੇ, ਘਰਾਂ 'ਚ ਜਿਹੜੇ ਵੀ ਪਰਿਵਾਰੇ ਪੁਆੜੇ ਨੇ, ਖਾਨਦਾਨਾਂ 'ਚ ਜਿਹੜੀਆਂ ਝਗੜੇ ਨੇ, ਉਹਨਾਂ ਦੇ ਪਿੱਛੇ ਸਿਰਫ ਤੇ ਸਿਰਫ ਇੱਕ ਛਾਤਰ ਔਰਤ ਦਾ ਦਿਮਾਗ ਆ, ਜਿਹੜਾ ਮਕਾਰ ਔਰਤ ਦਾ ਦਿਮਾਗ ਆ ਜਿਹੜਾ ਉਹ ਕੰਮ ਕਰ ਰਿਹਾ। ਉਹਨਾਂ ਨੇ ਉਹ ਔਰਤ ਨੂੰ ਇੰਨਾ ਸਾਜ਼ਿਸ਼ੀ, ਇੰਨਾ ਮਕਾਰ ਦਿਖਾ ਰਹੇ ਨੇ। ਸੋ ਇਸ ਤਰ੍ਹਾਂ ਦਾ ਜਿਹੜਾ ਕਿਰਦਾਰ ਪੈਦਾ ਕੀਤਾ ਜਾ ਰਿਹਾ ਔਰਤ ਦਾ, ਉਸ ਕਿਰਦਾਰ ਦਾ ਅਸਰ ਆ ਜਿਹੜੀ ਮੈਂ ਗੱਲ ਕੀਤੀ ਆ, ਉਹ ਸਾਡੇ ਬੱਚਿਆਂ ਤੇ ਵੀ ਪੈਣਾ ਕੁਦਰਤੀ ਆ। ਕਿ ਜੇ ਉਹ ਸੀਰੀਅਲ ਵਾਲੀ ਮਾਂ ਨੂੰ ਦੇਖਦੇ ਨੇ ਕਿ ਉਹਦਾ ਕਿਰਦਾਰ ਕੀ ਆ, ਕਿ ਉਹ ਕੀ ਕਰ ਰਹੀ ਆ, ਤੇ ਉਹ ਆਪਦੀ ਮਾਂ ਦੇ ਵਿੱਚੋਂ ਵੀ ਉਹੋ ਜਿਹਾ ਰੂਪ ਵੇਖਣਗੇ ਕਿ ਨਹੀਂ। ਸੋ ਇਹ ਜਿਹੜੀ ਇੱਕ ਤਬਦੀਲੀ ਲਿਆਂਦੀ ਜਾ ਰਹੀ ਆ ਜਾਣ ਬੁੱਝ ਕੇ, ਇੱਕ ਸਾਜਿਸ਼ ਦੇ ਅਧੀਨ, ਕਿ ਇਸ ਧਰਤੀ ਤੋਂ ਜਿਹੜੀ ਮਾਂ ਦੀ ਮਮਤਾ ਵਾਲੀ ਗੱਲ ਸੀ ਉਹਦੇ ਖਾਤਮ ਹੈ, ਮਾਂ ਦੀ ਸਿੱਖਿਆ ਵਾਲੀ ਗੱਲ ਆ ਜਿਹੜੀ ਉਹ ਦੂਰ ਕਰਤੀ। ਸੋ ਅੱਜ ਜਿਹੜਾ ਸਮੁੱਚੇ ਰੂਪ ਦੇ ਵਿੱਚ ਨੈਤਿਕ ਕਦਰਾਂ ਕੀਮਤਾਂ 'ਚ, ਸਾਡੀਆਂ ਜਿਹੜੀਆਂ ਸਮਾਜਿਕ ਨੈਤਿਕ ਕਦਰਾਂ ਕੀਮਤਾਂ ਸੀ ਉਹਨਾਂ 'ਚ ਗਿਰਾਵਟ ਆਈ ਹੈ, ਤਾਂ ਉਹ ਕਿਤੇ ਨਾ ਕਿਤੇ ਮਾਂ ਦਾ ਜਿਹੜਾ ਕਿਰਦਾਰ ਆ ਜਿਹੜਾ ਉਹ ਪੁਰਾਤਨ ਨਹੀਂ ਰਿਹਾ। ਮਾਂ ਦੀ ਸੋਚ ਤਬਦੀਲੀ ਆ ਗਈ, ਮਾਂ ਦੇ ਸੁਭਾਅ 'ਚ ਤਬਦੀਲੀ ਆ ਗਈ, ਮਾਂ ਦੀ ਮਮਤਾ 'ਚ ਵੀ ਤਬਦੀਲੀ ਆ ਗਈ। ਨਵੀਂ ਪੀੜ੍ਹੀ ਦੇ ਵਿੱਚੋਂ ਨੈਤਿਕਤਾ ਖਤਮ ਹੋ ਰਹੀ ਹੈ, ਤੁਸੀਂ ਇਸ ਨੂੰ ਮਾਂ ਦੇ ਰਿਸ਼ਤੇ ਨਾਲ ਜੋੜ ਕੇ ਕਿਵੇਂ ਦੇਖਦੇ ਹੋ? ਦੇਖੋ, ਆਪਾਂ ਪਹਿਲੇ ਵੀ ਗੱਲ ਕੀਤੀ ਹੈ ਕਿ ਮਾਤਾ ਜਿਹੜੀ ਉਹ ਮੁੱਢਲਾ ਗੁਰਦੇਵ ਹੈ ਜੀ। ਮਾਂ ਤੇ ਜਿਹੜੀ ਸਿੱਖਿਆ ਉਹਦਾ ਸਭ ਤੋਂ ਅਸਰ ਹੈ ਜਿਹੜਾ ਉਹ ਬੱਚੇ ਤੇ ਹੁੰਦਾ ਵਾ, ਸਭ ਤੋਂ ਪਹਿਲਾਂ ਵੀ ਤੇ ਜਿਹੜਾ ਅਖੀਰ ਤੱਕ ਰਹਿੰਦਾ ਉਹ ਵੀ। ਸੋ ਮਾਂ ਕਿਉਂਕਿ ਮਮਤਾ ਦੀ ਮੂਰਤ ਹੈ, ਜੋ ਕੁਝ ਮਾਂ ਨੇ ਆਪਣੇ ਬੱਚੇ ਦੇ ਦਿਮਾਗ ਚ, ਬੱਚੇ ਦੇ ਮਤਲਬ ਉਹਦੀਆਂ ਜਿਹੜੀਆਂ ਸੁਭਾਅ, ਉਹਦੀਆਂ ਉਹਦੀ ਜਿਹੜੀ ਸੋਚ ਆ, ਉਹਦੇ ਚ ਜੋ ਕੁਝ ਮਾਂ ਨੇ ਭਰ ਦੇਣਾ, ਸ਼ਾਇਦ ਉਹ ਦੁਨੀਆਂ ਦਾ ਹੋਰ ਕੋਈ ਵਿਅਕਤੀ ਹੈ, ਚਾਹੇ ਉਹਦਾ ਬਾਅਦ ਚ ਅਧਿਆਪਕ ਵੀ ਹੋਵੇ, ਚਾਹੇ ਹੋਰ ਵੀ ਹੋਵੇ, ਉਹ ਨਹੀਂ ਭਰ ਸਕਦਾ। ਸੋ ਮਾਂ ਦੇ ਦੁੱਧ ਦਾ ਅਸਰ ਆ ਜਿਹੜਾ ਉਹ ਸਾਨੂੰ ਬੱਚੇ ਦੇ ਸੁਭਾਅ ਚੋਂ ਵੀ ਦਿਖਾਈ ਦਿੰਦਾ ਕਿ ਮਾਂ ਦਾ ਕਿਰਦਾਰ ਆ, ਮਾਂ ਦੇ ਦੁੱਧ ਰਾਹੀਂ ਜਿਹੜਾ ਕੁਛ ਬੱਚੇ ਦੇ, ਕਿਉਂਕਿ ਬੱਚੇ ਤੇ ਮਾਂ ਦਾ ਬਹੁਤ ਵੱਡਾ ਪ੍ਰਭਾਵ ਆ ਜਿਹੜਾ ਉਹ ਰਹਿੰਦਾ। ਵਿਗਿਆਨੀ ਨੇ ਜਿਹੜੇ ਉਹਨਾਂ ਨੇ ਵੀ ਇਸ ਗੱਲ ਦੀ ਮਤਲਬ ਉਹਨਾਂ ਨੇ ਆਪਣੇ ਜਿਹੜੀ ਖੋਜ ਆ ਉਹਦੇ ਨਾਲ ਦੱਸਿਆ ਕਿ ਪੰਜ ਪੀੜ੍ਹੀਆਂ ਤੇ ਤਿੰਨ ਪੀੜ੍ਹੀਆਂ, ਪੰਜ ਪੀੜ੍ਹੀਆਂ ਬਾਪ ਵੱਲੋਂ, ਤਿੰਨ ਪੀੜ੍ਹੀਆਂ ਮਾਂ ਵੱਲੋਂ, ਬੱਚੇ ਤੇ ਉਹਦਾ ਪ੍ਰਭਾਵ ਆ ਜਿਹੜਾ ਉਹ ਹੈਲੀਡਿਟਰੀ ਰਹਿੰਦਾ। ਸੋ ਅੱਜ ਜਿਹੜੀ ਅਸੀਂ ਗੱਲ ਕਰ ਰਹੇ ਹਾਂ ਕਿ ਨੈਤਿਕ ਕਦਰਾਂ ਕੀਮਤਾਂ ਦੀ,
ਸੋ ਜਦੋਂ ਜਿਹੜਾ ਮਾਂ ਜਿਹੜੀ ਉਹਦਾ ਕਰੈਕਟਰ ਆ ਜਿਹੜਾ ਉਹਦੇ ਵਿੱਚ ਤਬਦੀਲੀ ਆ ਗਈ ਆ, ਮਾਂ ਦੇ ਚਰਿੱਤਰ 'ਚ ਜਿਹੜੀ ਤਬਦੀਲੀ ਆ ਗਈ ਆ, ਉਸ ਦਾ ਅਸਰ ਆ ਜਿਹੜਾ ਉਹ ਉਹਦੇ ਬੱਚਿਆਂ 'ਤੇ ਪੈ ਰਿਹਾ। ਅੱਜ ਹੁਣ ਜਿਹੜੀ ਅਸੀਂ ਦੇਖ ਰਹੇ ਹਾਂ ਅੱਜ ਸਾਡੇ ਸਮਾਜ ਦੇ ਵਿੱਚ, ਮਤਲਬ ਕਊਆ ਚਲਾ ਹੰਸ ਕੀ ਚਾਲ ਆਪਣੀ ਵੀ ਭੁੱਲ ਗਿਆ ਅਸੀਂ, ਮਤਲਬ ਪੂਰਬੀ ਅਤੇ ਪੱਛਮੀ ਸ਼ਬਦ ਆ ਜਿਹੜੀ ਜਿਹੜੀ ਆ, ਮਤਲਬ ਇੱਕ ਦੂਸਰੇ ਤੋਂ ਇੱਕ ਪੂਰਬ ਆ ਅਤੇ ਇੱਕ ਪੱਛਮ ਆ ਵੈਸੇ ਵੀ। ਸੋ ਉਹਨਾਂ ਦੋਨਾਂ ਸਭਿਅਤਾਵਾਂ ਨੂੰ ਅਸੀਂ ਮਤਲਬ ਇੱਕੋ, ਮਤਲਬ ਸਮਝੀਏ ਕਿ ਉਹ ਇੱਕੋ ਥਰੇ ਤੇ ਚੱਲ ਸਕਣਗੀਆਂ ਤੇ ਸੰਭਵ ਨਹੀਂ। ਅੱਜ ਜਿਹੜਾ ਪੱਛਮ ਦਾ ਰੰਗ ਜਿਹੜਾ ਸਾਡੇ ਤੇ ਚੜ ਰਿਹਾ ਵਾ, ਉਹਦਾ ਪ੍ਰਭਾਵ ਆ ਜਿਹੜਾ ਉਹ ਮਾਂ ਤੇ ਵੀ ਆ, ਜੇ ਮਾਂ ਤੇ ਆ ਤੇ ਫਿਰ ਧੀ ਤੇ ਵੀ ਆਊਗਾ। ਸੋ ਇਸ ਕਾਰਨ ਇਹ ਜਿਹੜੇ ਸਾਡੇ ਰਿਸ਼ਤੇ ਨੇ ਉਹ ਉਹਨਾਂ ਦੇ ਵਿੱਚ ਤਰੇੜਾਂ ਆ ਰਹੀਆਂ, ਉਹ ਤਿੜਕ ਰਹੇ ਨੇ, ਤੇ ਬੱਚੇ ਨੇ ਜਿਹੜੇ ਉਹ ਮਾਂ ਬਾਪ ਤੋਂ ਬਾਗੀ ਹੋ ਰਹੇ ਨੇ। ਬੱਚਿਆਂ ਨੇ ਮਾਂ ਬਾਪ ਤੋਂ ਬਾਗੀ ਹੋਣ ਦਾ ਕਾਰਨ ਕੀ ਆ ਕਿ ਮਾਂ ਬਾਪ ਦਾ ਜਿਹੜਾ ਖੁਦ ਦਾ ਚਰਿੱਤਰ ਆ ਜਿਹੜਾ ਉਹ ਸਾਫ ਨਹੀਂ ਰਿਹਾ, ਤੇ ਜਦੋਂ ਬੱਚਾ ਜਿਹੜਾ ਬਚਪਨ ਤੋਂ ਇਹ ਦੇਖਦਾ ਕਿ ਉਹਦੀ ਮਾਂ ਕੀ ਕਰ ਰਹੀ ਆ ਤੇ ਉਹਦਾ ਬਾਪ ਕੀ ਕਰ ਰਿਹਾ, ਉਹਦਾ ਕਿਤੇ ਨਾ ਕਿਤੇ ਕਿਸੇ ਦਿਮਾਗ ਦੇ ਕਿਸੇ ਕੋਨੇ ਚ ਉਹਨਾਂ ਦਾ ਅਸਰ ਆ ਜਿਹੜਾ ਉਹਦੇ ਤੇ ਰਹਿੰਦਾ, ਤੇ ਫਿਰ ਜਿਵੇਂ ਜਿਵੇਂ ਉਹ ਵੱਡੇ ਹੁੰਦੇ ਜਾਂਦੇ ਨੇ ਫਿਰ ਉਹ ਜਿਹੜਾ ਪ੍ਰਭਾਵ ਆ ਜਿਹੜਾ ਉਸ ਪ੍ਰਭਾਵ ਦੇ ਕਾਰਨ ਉਹ ਬਾਗੀ ਹੁੰਦੇ ਨੇ। ਸੋ ਇਹ ਅੱਜ ਸਮੁੱਚੇ ਸਮਾਜ ਦੇ ਵਿੱਚ ਇੱਕ ਸਾਡੇ ਇੱਕ ਬਹੁਤ ਵੱਡੀ ਸਮੱਸਿਆ ਪੈਦਾ ਹੋ ਗਈ ਆ ਕਿ ਅੱਜ ਮਾਂ ਬਾਪ ਤੇ ਬੱਚਿਆਂ ਦੇ ਵਿੱਚ ਜਿਹੜਾ ਰਿਸ਼ਤਾ ਹੈ ਉਹਦੇ ਚ ਇੱਕ ਦੂਰੀ ਵੀ ਆ ਗਈ ਆ। ਭਾਵੇਂ ਕਿ ਹਮੇਸ਼ਾ ਹੁੰਦਾ ਕਿ ਇੱਕ ਪੀੜ੍ਹੀ ਆ ਜਿਹੜੀ ਦੂਜੀ ਪੀੜ੍ਹੀ ਦੇ ਵਿਚਾਰਾਂ ਚ ਫਰਕ ਹੁੰਦਾ, ਪਰੰਤੂ ਸਮੇਂ ਦੀ ਇੰਨੀ ਤੇਜ਼ ਰਫਤਾਰ ਸੀ, ਉਸ ਤੇਜ਼ ਰਫਤਾਰ ਕਾਰਨ ਅੱਜ ਜਿਹੜਾ ਦੋਨਾਂ ਪੀੜ੍ਹੀਆਂ ਦਾ ਜਿਹੜਾ ਦੂਰੀ ਆ ਉਹ ਲੋੜ ਤੋਂ ਵੱਧ ਬਹੁਤ ਜ਼ਿਆਦਾ ਦੂਰੀ ਜਿਹੜੀ ਉਹ ਪੈਦਾ ਹੋ ਗਈ ਆ। ਉਸ ਕਾਰਨ ਅੱਜ ਜਿਹੜੀ ਤੁਸੀਂ ਗੱਲ ਕੀਤੀ ਆ ਕਿ ਨੈਤਿਕ ਕਦਰਾਂ ਕੀਮਤਾਂ ਨੇ ਜਿਹੜੀਆਂ ਉਹਨਾਂ 'ਤੇ ਸਭ ਤੋਂ ਵੱਡਾ ਪ੍ਰਭਾਵ ਪਿਆ, ਅਤੇ ਜਿਹੜੀ ਮੈਂ ਗੱਲ ਕੀਤੀ ਆ ਕਿ ਉਹਦੇ ਲਈ ਮਾਂ ਸਭ ਤੋਂ ਵੱਧ ਜ਼ਿੰਮੇਵਾਰ ਆ। ਜਿਵੇਂ ਗੱਲ ਕੀਤੀ ਗਈ ਆ ਕਿ ਜੇ ਮਤਲਬ ਮਾਂ ਦਾ ਪ੍ਰਭਾਵ ਆ ਜਿਹੜਾ ਉਹ ਪਰਿਵਾਰ 'ਤੇ ਹੁੰਦਾ, ਪਰਿਵਾਰ ਤੋਂ ਬਾਅਦ ਜਿਹੜਾ ਮਤਲਬ ਉਹਦਾ ਗਲੀ ਮੁਹੱਲਾ ਉਹਦੇ 'ਤੇ ਆ, ਉਹ ਤੋਂ ਬਾਅਦ ਸੂਬੇ 'ਤੇ ਆ, ਉਹ ਤੋਂ ਬਾਅਦ ਦੇਸ਼ 'ਤੇ ਆ। ਸੋ ਇਹ ਜਿਹੜਾ ਸਮੁੱਚੇ ਰੂਪ ਦੇ ਵਿੱਚ ਇੱਕ ਨਿਗਾਰ ਆਇਆ ਉਹਦੇ ਪਿੱਛੇ ਸਭ ਤੋਂ ਵੱਡਾ ਹੱਥ ਆ ਜਿਹੜਾ ਮੈਂ ਸਮਝਦਾ ਕਿ ਉਹ ਜਿਹੜਾ ਮਾਂ ਦੇ ਕਿਰਦਾਰ 'ਚ ਮਾਂ ਦੇ ਚਰਿੱਤਰ 'ਚ ਇੱਕ ਵੱਡਾ ਫਰਕ ਆਇਆ, ਉਹਦਾ ਸਾਰਾ ਸਮੁੱਚੇ ਰੂਪ ਦੇ ਵਿੱਚ ਪ੍ਰਭਾਵ ਹੈ। ਅੱਜ ਅੰਤਰਰਾਸ਼ਟਰੀ ਰੈੱਡ ਕਰਾਸ ਦਿਵਸ ਵੀ ਹੈ, ਰੈੱਡ ਕਰਾਸ ਦਿਵਸ ਬਾਰੇ ਸਾਡੇ ਦਰਸ਼ਕਾਂ ਦੇ ਨਾਲ ਆਪਣੇ ਵਿਚਾਰ ਸਾਂਝੇ ਕਰੋ। ਦੇਖੋ ਬਈ, ਇਹ 1863 ਈਸਵੀ ਦੇ ਵਿੱਚ ਜਦੋਂ ਯੂਰਪੀਅਨ ਕੰਟਰੀਆਂ 'ਚ ਜੰਗ ਲੱਗੀ ਅਤੇ ਉਹ ਸਾਰੇ ਡਿਊਨਾ ਉਹਨਾਂ ਨੇ ਦੋਨਾਂ ਦੇ ਫੌਜਾਂ ਦੇ ਜਿਹੜੇ ਸਿਪਾਹੀ ਸੀ ਜਿਹੜੇ ਜ਼ਖਮੀ ਹੋਏ ਸੀ ਉਹਨਾਂ ਦਾ ਇਲਾਜ ਬਿਨਾਂ ਮਤਲਬ ਕਿਸੇ ਭੇਦਭਾਵ ਤੋਂ ਕਰਨ ਦੀ ਉਹਨਾਂ ਨੇ ਫਿਰ। ਸੋ ਉਸ ਕਾਰਨ ਇਸ ਦਿਵਸ ਨੂੰ ਰੈੱਡ ਕਰਾਸ ਦਿਵਸ ਆ ਜਿਹੜਾ ਉਸ ਵਜੋਂ ਮਨਾਇਆ ਜਾਣ ਲੱਗ ਪਿਆ 8 ਮਈ ਨੂੰ। ਅਤੇ ਤਕਰੀਬਨ 1920 ਦੇ ਵਿੱਚ ਇਹ ਰੈੱਡ ਕਰਾਸ ਸੀ ਜਿਹੜਾ ਇਹਦੀਆਂ ਵੱਖੋ ਵੱਖਰੇ ਦੇਸ਼ਾਂ ਦੇ ਵਿੱਚ ਬ੍ਰਾਂਚਾਂ ਸੀ ਜਿਹੜੀਆਂ, ਉਹ ਇਸ ਵੇਲੇ ਤਕਰੀਬਨ 127 ਦੇਸ਼ ਨੇ ਜਿੱਥੇ ਉੱਥੇ ਇਹ ਰੈੱਡ ਕਰਾਸ ਦੀਆਂ ਬ੍ਰਾਂਚਾਂ ਨੇ ਜਿਹੜੀਆਂ ਦਫ਼ਤਰ ਨੇ ਜਿਹੜੇ ਉਹ ਚੱਲ ਰਹੇ ਨੇ। ਮੁੱਖ ਰੂਪ ਦੇ ਵਿੱਚ ਇਹਦਾ ਜਿਹੜਾ ਮੰਤਵ ਇਹ ਆ ਕਿ ਜਿਹੜੇ ਮਤਲਬ ਬਿਨਾਂ ਕਿਸੇ ਭੇਦਭਾਵ ਤੋਂ ਮਰੀਜ਼ਾਂ ਦੀ ਦੁਖੀਆਂ ਦੀ ਸੇਵਾ ਕਰਨੀ। ਹਾਂਜੀ। ਸੋ ਇਹ ਜਿਹੜਾ ਮਤਲਬ ਨਿਸ਼ਾਨਾ ਹੈ, ਜਿਹੜਾ ਮਿਸ਼ਨ ਹੈ, ਜਿਹੜਾ ਜਿਹਦੇ ਬਾਰੇ ਅਸੀਂ ਗੱਲ ਕਰਦੇ ਹਾਂ ਕਿ ਇਹ ਅੱਜ ਦਾ ਨਹੀਂ ਜੀ।
ਸੋ 1704 ਈਸਵੀ ਚ ਅਸੀਂ ਚਲੇ ਜਾਈਏ ਤੇ ਅਸੀਂ ਯਾਦ ਕਰੀਏ ਭਾਈ ਘਨੱਈਆ ਜੀ ਨੂੰ। ਗੁਰੂ ਸਾਹਿਬ ਦਸ਼ਮੇਸ਼ ਪਿਤਾ ਗੁਰੂ ਗੋਬਿੰਦ ਸਿੰਘ ਮਹਾਰਾਜ ਉਹਨਾਂ ਦੀਆਂ ਫੌਜਾਂ, ਦੂਜੇ ਪਾਸੇ ਪਹਾੜੀ ਰਾਜੇ ਤੇ ਮੁਗਲ ਫੌਜਾਂ, ਜੰਗ ਹੋ ਰਿਹਾ 1704 ਨੂੰ। ਭਾਈ ਘਨੱਈਆ ਜੀ ਦੀ ਡਿਊਟੀ ਲੱਗੀ ਹੋਈ ਆ ਕਿ ਉਹ ਮਸ਼ਕ ਆ ਉਹਨਾਂ ਦੇ ਮੋਢੇ ਤੇ ਜਿਹੜੇ ਜ਼ਖਮੀ ਹੁੰਦੇ ਨੇ ਮੈਦਾਨ 'ਚ ਉਹਨਾਂ ਨੂੰ ਉਹਨਾਂ ਨੇ ਪਾਣੀ ਪਿਉਣਾ। ਭਾਈ ਘਨੱਈਆ ਜੀ ਬਿਨਾਂ ਇਸ ਭੇਦਭਾਵ ਦੇ ਕਿ ਜਿਹੜਾ ਜ਼ਖਮੀ ਹੋਇਆ ਉਹ ਸਿੱਖ ਹੈ ਜੀ, ਗੁਰੂ ਸਾਹਿਬ ਦੀ ਫੌਜ ਦਾ ਸਿਪਾਹੀ ਹੈ, ਜਾਂ ਮੁਗਲ ਫੌਜ ਦਾ, ਪਹਾੜੀ ਰਾਜਿਆਂ ਦੀ ਫੌਜ ਦਾ ਸਿਪਾਹੀ ਆ, ਬਿਨਾਂ ਇਸ ਭੇਦਭਾਵ ਦੇ ਜਿਹੜਾ ਵੀ ਜ਼ਖਮੀ ਆ ਉਹਨੂੰ ਪਾਣੀ ਪਿਆ ਰਹੇ ਨੇ ਜੀ। ਤੇ ਉਸ ਗੱਲ ਦੀ ਸ਼ਿਕਾਇਤ ਆ ਜਿਹੜੀ ਉਹ ਜਿਹੜੇ ਸਿੱਖ ਸਿਪਾਹੀ ਨੇ ਉਹ ਗੁਰੂ ਸਾਹਿਬ ਕੋਲ ਕਰਦੇ ਨੇ ਆ ਕੇ, ਤੇ ਗੁਰੂ ਸਾਹਿਬ ਭਾਈ ਘਨੱਈਆ ਜੀ ਨੂੰ ਬੁਲਾਉਂਦੇ ਨੇ ਦਰਬਾਰ ਚ, ਬੁਲਾਇਆ ਜਾਂਦਾ ਉਹਨਾਂ ਨੂੰ, ਪੁੱਛਿਆ ਜਾਂਦਾ ਕਿ ਭਾਈ ਘਨੱਈਆ ਜੀ ਤੁਹਾਡੀ ਸ਼ਿਕਾਇਤ ਆਈ ਆ ਕਿ ਸਿੱਖ ਫੌਜਾਂ ਨੇ ਜਿਹੜੀਆਂ ਉਹ ਲੜਾਈ ਲੜਦੀਆਂ ਨੇ ਤੇ ਤੁਸੀਂ ਮੁਗਲਾਂ ਨੂੰ ਜਾਂ ਜਿਹੜੇ ਪਹਾੜੀ ਰਾਜਿਆਂ ਦੀ ਫੌਜ ਆ ਉਹਨਾਂ ਨੂੰ ਪਾਣੀ ਪਿਆ ਕੇ ਫੇਰ ਦੁਆਰਾ, ਮਤਲਬ ਜੋ ਕਰਦੇ ਨੇ ਫੇਰ ਦੁਆਰਾ ਲੜਨ, ਤੁਸੀਂ ਉਹਨਾਂ ਨੂੰ ਦੁਸ਼ਮਣਾਂ ਨੂੰ ਪਾਣੀ ਪਿਆ ਰਹੇ ਹੋ। ਤੇ ਭਾਈ ਘਨੱਈਆ ਜੀ ਜਵਾਬ ਦਿੰਦੇ ਨੇ ਕਿ ਗੁਰੂ ਸਾਹਿਬ ਤੁਹਾਡੀ ਸਿੱਖਿਆ ਅਨੁਸਾਰ, ਤੁਹਾਡੀ ਸੋਚ ਅਨੁਸਾਰ ਮੈਨੂੰ ਹਰ ਕਿਸੇ ਦੇ ਵਿੱਚੋਂ ਤੁਹਾਡਾ ਚਿਹਰਾ ਦਿਖਾਈ ਦਿੰਦਾ, ਮੇਰੇ ਲਈ ਨਾ ਕੋਈ ਸਿੱਖ ਆ, ਨਾ ਕੋਈ ਮੁਗਲ ਆ, ਨਾ ਕੋਈ ਪਹਾੜੀ ਆ, ਮੈਨੂੰ ਤਾਂ ਹਰ ਕਿਸੇ ਚੋਂ ਤੁਹਾਡਾ ਜਿਹੜਾ ਮਤਲਬ ਬੰਦਾ ਜ਼ਖਮੀ ਆ ਉਹ ਚੋਂ ਹਰ ਕਿਸੇ ਚੋਂ ਤੁਹਾਡਾ ਚਿਹਰਾ ਦਿਖਾਈਦਾ। ਸੋ ਗੁਰੂ ਸਾਹਿਬ ਨੇ ਥਾਪੜਾ ਦਿੱਤਾ, ਖੁਸ਼ ਹੋਏ ਤੇ ਨਾਲ ਉਹਨੂੰ ਮਲਮ ਦੀ ਡੱਬੀ ਫੜਾਤੀ ਕਿ ਅੱਜ ਤੋਂ ਬਾਅਦ ਤੇਰੀ ਇਹ ਡਿਊਟੀ ਆ ਕਿ ਪਾਣੀ ਵੀ ਪਿਉਣਾ ਤੇ ਉਹਨਾਂ ਦੇ ਜ਼ਖਮਾਂ ਤੇ ਮਲਮ ਵੀ ਲੋੜੀ। ਸੋ ਜੇ ਸਹੀ ਮਹੀਨਿਆਂ ਦੇ ਵਿੱਚ ਅਸੀਂ ਮਤਲਬ ਗੱਲ ਕਰੀਏ ਤੇ ਇਹ ਰੈੱਡ ਕ੍ਰਾਸ ਦੀ ਜਿਹੜੀ ਨੀਂਹ ਆ ਉਹ ਭਾਈ ਘਨੱਈਆ ਜੀ ਨੇ 1704 ਈਸਵੀ ਨੂੰ ਅਨੰਦਪੁਰ ਸਾਹਿਬ ਦੀ ਧਰਤੀ ਤੇ ਜਿਹੜੀ ਜੰਗ ਹੋਈ ਆ ਉੱਥੇ ਰੱਖਤੀ ਸੀ। ਪਰੰਤੂ ਚਲੋ ਕਿਉਂਕਿ ਪੱਛਮੀ ਸਭਿਅਤਾ ਜਿਹੜੀ ਉਹ ਸਾਡੇ ਤੋਂ ਕਾਫੀ ਅੱਗੇ ਆ, ਉਹਨਾਂ ਨੇ ਮਤਲਬ ਜਿੰਨਾ ਉਹਨਾਂ ਦੀ ਛੋਟੀ ਦੇਣ ਨੂੰ ਵੀ ਉਹ ਵੱਡਾ ਕਰਕੇ ਸਾਡੇ ਬਾਰੇ ਵੀ ਕਹਿੰਦੇ ਨੇ ਕਿ ਜੇ ਮਤਲਬ ਜਿੰਨੀਆਂ ਸ਼ਹਾਦਤਾਂ ਸਿੱਖ ਧਰਮ, ਜਿੰਨੇ ਸ਼ਹੀਦ ਸਿੱਖ ਧਰਮ ਕੋਲ ਹੋਏ ਆ, ਜੇ ਸਾਡੇ ਕੋਲ ਹੁੰਦੇ ਤੇ ਅੱਜ ਸਮੁੱਚੀ ਦੁਨੀਆਂ ਦੇ ਵਿੱਚ ਸਾਡਾ ਧਰਮ ਹੁੰਦਾ ਜੀ। ਸੋ ਇਹ ਜਿਹੜਾ ਮਤਲਬ ਅਸੀਂ ਜੋ ਸਿੱਖ ਕੌਮ ਨੇ ਐਡੀ ਵੱਡੀ ਜਿਹੜੀ ਮਹਾਨ ਸੁਨੇਹਾ ਸੀ ਸਾਡੀ ਕੌਮ ਦਾ ਜੀ ਕਿ ਉਸ ਵੇਲੇ 1704 ਈਸਵੀ ਚ ਬਿਨਾਂ ਕਿਸੇ ਭੇਦਭਾਵ ਤੋਂ ਆਪਣਿਆਂ ਦੀ ਵੀ ਤੇ ਬਗਾਨਿਆਂ ਦੀ ਵੀ, ਜਿਨ੍ਹਾਂ ਨੂੰ ਉਸ ਵੇਲੇ ਦੁਸ਼ਮਣ ਕਹਿ ਰਹੇ ਸੀ ਉਹਨਾਂ ਦੀ ਇੱਕੋ ਉਹ ਜੇ ਉਹ ਪੀੜਤ ਨੇ ਤੇ ਉਹਨਾਂ ਦੀ ਇੱਕੋ ਰੂਪ ਚ ਸੇਵਾ ਜਿਹੜੀ ਉਹ ਕੀਤੀ ਜਾਂਦੀ ਆ, ਉਹਨਾਂ ਨੂੰ ਵੀ ਜਲ ਛਕਾਇਆ, ਉਹਨਾਂ ਨੂੰ ਵੀ ਜਲ ਛਕਾਇਆ, ਉਹਨਾਂ ਦੇ ਵੀ ਮਲਮ ਲਾਈ, ਉਹਨਾਂ ਦੇ ਵੀ ਮਲਮ ਲਾਈ। ਸੋ ਜਿਹੜਾ ਰੈੱਡ ਕ੍ਰਾਸ ਦੀ ਮੰਤਵ ਆ, ਮਿਸ਼ਨ ਆ, ਭਾਵਨਾ ਹੈ ਕਿ ਬਿਨਾਂ ਕਿਸੇ ਭੇਦਭਾਵ ਤੋਂ ਹਰ ਪੀੜਤ ਦੀ ਸੇਵਾ ਕਰਨੀ ਆ, ਉਹਦੀ ਨੀਂਹ ਆ ਜਿਹੜੀ ਉਹ ਭਾਈ ਘਨੱਈਆ ਜੀ ਨੇ 1704 ਈਸਵੀ ਚ ਰੱਖਤੀ ਸੀ। ਚਲੋ ਠੀਕ ਹੈ, ਉਸ ਤੋਂ ਬਾਅਦ 1863 ਚ ਜੰਗ ਹੋਈ, ਉਹ ਸਰ ਹੈਨਰੀ ਡੇ ਉਹਨਾਂ ਨੇ ਜਿਹੜੀ ਪਿਰਤ ਆ ਜਿਹੜੀ ਉਹਨੂੰ ਅੱਗੇ ਤੋਰਿਆ, ਉਸ ਨੂੰ ਪ੍ਰਵਾਨ ਕਰਕੇ ਅੱਜ ਇਹ ਸਮੁੱਚੇ ਵਿਸ਼ਵ ਦੇ ਵਿੱਚ ਚੱਲ ਰਹੀ ਆ। ਪਰੰਤੂ ਸਿੱਖ ਕੌਮ ਨੂੰ ਇਹ ਐਡੀ ਵੱਡੀ ਜਿਹੜੀ ਦੇਣ ਆ ਅੱਜ ਦੇ ਦਿਨ, ਜਿਵੇਂ ਆਪਾਂ ਵਾਰ ਵਾਰ ਜਦੋਂ ਕਿਸੇ ਵਿਸ਼ੇਸ਼ ਦਿਨ ਦੀ ਗੱਲ ਕਰਦੇ ਹਾਂ ਤੇ ਆਪਾਂ ਇਹ ਗੱਲ ਜ਼ਰੂਰ ਕਰਦੇ ਹਾਂ ਕਿ ਇਸ ਦਿਹਾੜੇ ਦਾ ਜਿਹੜਾ ਸੁਨੇਹਾ ਜਿਹੜਾ ਸਿੱਖ ਇਤਿਹਾਸ 'ਚ ਦਰਜ ਹੈ, ਜਿਹੜਾ ਸਿੱਖ ਇਤਿਹਾਸ ਜਿਹੜਾ ਸਿੱਖਾਂ ਨੇ ਸਿਰਜਿਆ, ਉਹਨੂੰ ਸਾਨੂੰ ਸਮੁੱਚੀ ਦੁਨੀਆਂ 'ਚ ਲੈ ਕੇ ਜਾਣਾ ਚਾਹੀਦਾ। ਸੋ ਜਦੋਂ ਰੈੱਡ ਕ੍ਰਾਸ ਦੀ ਗੱਲ ਹੁੰਦੀ ਆ
ਰੈੱਡ ਕਰਾਸ ਦੀ ਸਥਾਪਨਾ ਦੀ ਗੱਲ ਹੁੰਦੀ ਆ ਤੇ ਸਾਨੂੰ ਭਾਈ ਕਨ੍ਹਈਆ ਜੀ ਦੀ ਅਨੰਦਪੁਰ ਸਾਹਿਬ ਦੀ ਧਰਤੀ ਦੀ ਵਾਪਰੀ ਘਟਨਾ ਦੀ ਗੁਰੂ ਸਾਹਿਬ ਵੱਲੋਂ ਉਹਨੂੰ ਦਿੱਤੀ ਮਤਲਬ ਥਾਪੜੇ ਦੀ ਤੇ ਨਾਲ ਦਿੱਤੀ ਮੱਲਮ ਦੀ ਗੱਲ ਆ ਜਿਹੜੀ ਉਹ ਸਮੁੱਚੇ ਵਿਸ਼ਵ ਅੱਗੇ ਜ਼ਰੂਰ ਕਰਨੀ ਚਾਹੀਦੀ ਹੈ ਕਿ ਸਿੱਖੀ ਆ ਜਿਹੜੀ ਉਹਦੀ ਵਿਚਾਰਧਾਰਾ ਕਿੱਡੀ ਮਹਾਨ ਹੈ, ਉਹਦੀ ਦੇਣ ਆ ਜਿਹੜੀ ਉਹ ਦੁਨੀਆਂ ਨੂੰ ਕਿੱਡੀ ਵੱਡੀ ਆ, ਸਰਬੱਤ ਦਾ ਭਲਾ ਜਿਹੜਾ ਉਹ ਏਡਾ ਵੱਡਾ ਨਾਰਾ ਜਿਹੜਾ ਸਿੱਖੀ ਨੇ ਦਿੱਤਾ, ਇਹਨੂੰ ਅਸੀਂ ਸਾਨੂੰ ਸਮੁੱਚੇ ਵਿਸ਼ਵ ਵਿੱਚ ਲੈ ਕੇ ਜਾਣਾ ਚਾਹੀਦਾ। ਮੈਂ ਸਮਝਦਾ ਕਿ ਰੈੱਡ ਕਰਾਸ ਦਾ ਮੁੱਢਲਾ ਨਾਰਾ ਹੀ ਇਹ ਆ ਕਿ ਸਰਬੱਤ ਦਾ ਭਲਾ। ਸੋ ਇਸ ਗੱਲ ਨੂੰ ਸਾਨੂੰ ਸਮੁੱਚੇ ਵਿਸ਼ਵ ਦੇ ਵਿੱਚ ਲੈ ਕੇ ਜਾਣ ਦੀ ਅੱਜ ਦੇ ਦਿਨ ਦਾ ਜਿਹੜਾ ਸੁਨੇਹਾ ਸਭ ਤੋਂ ਵੱਡੀ ਲੋੜ ਆ ਕਿ ਰੈੱਡ ਕਰਾਸ ਦੀ ਭਾਵਨਾ ਜਿਹੜੀ ਉਹ ਸਿੱਖੀ ਦੀ ਮੁੱਢਲੀ ਭਾਵਨਾ ਜੋ ਪੈਦਾ ਹੋਈ ਹੈ ਸਰਬੱਤ ਦਾ ਭਲਾ, ਜਿਹਨੂੰ ਭਾਈ ਕਨ੍ਹਈਆ ਜੀ ਨੇ ਸਾਕਾਰ ਰੂਪ ਚ ਕਰਕੇ ਦਿਖਾਇਆ। ਭਾਈ ਕਨ੍ਹਈਆ ਜੀ ਨੂੰ ਰੈੱਡ ਕਰਾਸ ਦਾ ਪਿਤਾਮਾ ਸਵੀਕਾਰ ਕਰਨ ਦੇ ਲਈ ਸਾਨੂੰ ਕੀ ਕਰਨਾ ਚਾਹੀਦਾ ਹੈ? ਦੇਖੋ ਇਹ ਤਾਂ ਜਿਹੜੀ ਗੱਲ ਮੈਂ ਕੀਤੀ ਹੈ ਕਿ ਜਿਹੜੀ ਇਹ ਐਡੀ ਵੱਡੀ ਘਟਨਾ ਹੈ, ਜਦੋਂ ਅਸੀਂ ਰੈੱਡ ਕਰਾਸ ਦੀ ਗੱਲ ਕਰਦੇ ਹਾਂ ਤੇ ਸਾਨੂੰ ਇਸ ਦੀ ਬਰਾਬਰ ਗੱਲ ਜ਼ਰੂਰ ਕਰਨੀ ਚਾਹੀਦੀ ਹੈ। ਸੋ ਭਾਈ ਕਨ੍ਹਈਆ ਜੀ ਦੇ ਸੰਬੰਧੀ ਜੇ ਰੈੱਡ ਕਰਾਸ ਵਾਲੇ ਦਿਨ ਰੈੱਡ ਕਰਾਸ ਦਾ ਦਿਨ ਮਨਾਇਆ ਜਾਂਦਾ ਤੇ ਅਸੀਂ ਜਿਹੜਾ ਭਾਈ ਕਨ੍ਹਈਆ ਜੀ ਦੀ ਦੇਣ ਆ ਉਹਨੂੰ ਵੀ ਸਮੁੱਚੇ ਵਿਸ਼ਵ ਦੇ ਵਿੱਚ ਲੈ ਕੇ ਜਾਈਏ, ਉਹਨਾਂ ਦੇ ਨਾਮ ਤੇ ਅੱਜ ਦਾ ਦਿਨ ਆ ਜਿਹੜਾ ਇਹਨੂੰ ਮਨਾਇਆ ਜਾਵੇ ਤਾਂ ਕਿ ਸਮੁੱਚੇ ਵਿਸ਼ਵ ਨੂੰ ਅਸੀਂ ਦੱਸੀਏ। ਜਦੋਂ ਅਸੀਂ ਸਮੁੱਚੇ ਵਿਸ਼ਵ ਨੂੰ ਇਹ ਗੱਲ ਦੱਸਾਂਗੇ ਕਿ ਇਹ 1863 ਤੋਂ ਕਿੰਨਾ ਸਮਾਂ ਪਹਿਲਾਂ 1704 ਈਸਵੀ ਆ ਜਿਹੜੀ 150 ਸਾਲ ਤੋਂ ਵੀ ਵੱਧ ਸਮਾਂ ਦਾ ਪਹਿਲਾਂ, ਇਹ ਇਸ ਗੱਲ ਦੀ ਨੀਂਹ ਆ ਜਿਹੜੀ ਉਹ ਦਸ਼ਮੇਸ਼ ਪਿਤਾ ਦੇ ਮਹਾਨ ਸਿੱਖ ਭਾਈ ਕਨ੍ਹਈਆ ਜੀ ਨੇ ਰੱਖ ਦਿੱਤੀ ਸੀ। ਸੋ ਉਹਨਾਂ ਨੇ ਆਹ ਕਾਰਨਾਮਾ ਕੀਤਾ। ਸੋ ਜਦੋਂ ਤੱਕ ਅਸੀਂ ਅਜਿਹੀਆਂ ਘਟਨਾਵਾਂ ਨੇ ਜਿਹੜੀਆਂ ਸਮੁੱਚੇ ਵਿਸ਼ਵ ਦੇ ਵਿੱਚ ਜਿਹੜੀ ਸਿੱਖੀ ਦੀ ਮਹਾਨਤਾ ਨੂੰ ਲੈ ਕੇ ਜਾਂਦੀਆਂ ਨੇ, ਸਿੱਖ ਸਿਧਾਂਤਾਂ ਦੀ ਮਹਾਨਤਾ ਨੂੰ ਲੈ ਕੇ ਜਾਂਦੀਆਂ ਨੇ, ਸੋ ਇਹਨਾਂ ਨੂੰ ਦਰਸਾਉਣ ਦੇ ਲਈ ਸਾਨੂੰ ਅੱਜ ਦੇ ਜਿਹੜੇ ਨਵੀਨ ਸੰਚਾਰ ਸਾਧਨ ਨੇ, ਚਾਹੇ ਉਹ ਕਿਸੇ ਵੀ ਰੂਪ ਦੇ ਵਿੱਚ ਆ, ਉਹਨਾਂ ਨਵੀਨ ਸੰਚਾਰ ਸਾਧਨਾਂ ਦੀ ਸਾਨੂੰ ਵਰਤੋਂ ਕਰਨੀ ਚਾਹੀਦੀ ਆ। ਅੱਜ ਦੇ ਦਿਨ ਦੇ ਜਿਹੜੇ ਸਾਡੇ ਸੁਨੇਹੇ ਨੇ, ਚਾਹੇ ਉਹ SMS ਦੇ ਰੂਪ 'ਚ ਨੇ, ਚਾਹੇ ਉਹ ਅਸੀਂ ਆਪਣੀ ਜਿਹੜੀ ਫੇਸਬੁੱਕ ਆ ਉਹਦੀ ਵਰਤੋਂ ਕਰਦੇ ਹਾਂ, ਚਾਹੇ YouTube ਦੀ ਵਰਤੋਂ ਕਰਦੇ ਹਾਂ, ਚਾਹੇ ਵਿਸ਼ਵ ਦੇ ਵਿੱਚ ਜਿਸ ਤਰ੍ਹਾਂ ਦੀ ਵੀ ਵੱਖੋ ਵੱਖਰੀਆਂ ਜਿਹੜੀਆਂ ਇਸ ਤਰ੍ਹਾਂ ਦੀਆਂ ਵਰਤੋਂ ਕੀਤੀਆਂ ਜਾਂਦੀਆਂ ਨੇ, ਛੋਟੀਆਂ ਛੋਟੀਆਂ ਨੇ ਜਿਹੜੀਆਂ ਲਘੂ ਫਿਲਮਾਂ ਜਿਨ੍ਹਾਂ ਦੀ ਅਸੀਂ ਗੱਲ ਕਰਦੇ ਹਾਂ ਉਹ ਬਣਾ ਕੇ ਡਾਕੂਮੈਂਟਰੀ ਫਿਲਮ ਆ ਜਿਹੜੀ ਉਹ ਸਮੁੱਚੇ ਵਿਸ਼ਵ ਦੇ ਵਿੱਚ ਇਸ ਦਿਨ 'ਚ ਛੋਟੇ ਛੋਟੇ ਕਲਿੱਪ ਨੇ ਜਿਹੜੇ ਉਹ ਜ਼ਰੂਰ, ਮਤਲਬ ਇਸ ਗੱਲ ਨੂੰ ਪ੍ਰਚਾਰਨ ਦੇ ਲਈ ਅਸੀਂ ਜੋ ਕੁਝ ਵੀ ਕਰ ਸਕਦੇ ਹਾਂ ਅੱਜ ਦੇ ਹਾਲਾਤਾਂ ਅਨੁਸਾਰ, ਅੱਜ ਦੇ ਸਾਧਨਾਂ ਅਨੁਸਾਰ ਉਹ ਜ਼ਰੂਰ ਕਰਨਾ ਚਾਹੀਦਾ। ਭਾਵੇਂ ਅਸੀਂ ਇਤਿਹਾਸਿਕ ਦਿਹਾੜੇ ਜਿੰਨੇ ਮਰਜ਼ੀ ਮਨਾ ਲਈਏ, ਜਦੋਂ ਤੱਕ ਅਸੀਂ ਇਤਿਹਾਸਿਕ ਦਿਹਾੜਿਆਂ ਦੀ ਮਹੱਤਤਾ ਨੂੰ ਜਾਣ ਕੇ ਉਹਨਾਂ ਨੂੰ ਆਪਣੇ ਉੱਪਰ ਲਾਗੂ ਨਹੀਂ ਕਰਦੇ, ਉਦੋਂ ਤੱਕ ਸਾਡੇ ਇਤਿਹਾਸਿਕ ਦਿਹਾੜੇ ਮਨਾਏ ਜਾਣ ਦਾ ਕੋਈ ਬਹੁਤਾ ਅਰਥ ਨਹੀਂ ਰਹਿੰਦਾ। ਸੋ ਜ਼ਰੂਰਤ ਹੈ ਇਹਨਾਂ ਇਤਿਹਾਸਿਕ ਦਿਹਾੜਿਆਂ ਦੇ ਵਿੱਚੋਂ ਚੰਗੀਆਂ ਗੱਲਾਂ ਨੂੰ ਆਪਣੇ 'ਤੇ ਲਾਗੂ ਕਰਕੇ ਹੂ ਬਹੂ ਜਾਰੀ ਕਰਨ ਦੀ। ਸੋ ਇਹ ਸੀ ਸਾਡਾ ਅੱਜ ਦਾ ਮੁੱਦਾ ਪ੍ਰੋਗਰਾਮ। ਕੱਲ੍ਹ ਨਵੇਂ ਮੁੱਦੇ ਦੇ ਨਾਲ ਤੁਹਾਡੇ ਲਈ ਫੇਰ ਹਾਜ਼ਰ ਹੋਵਾਂਗੇ। ਸਾਨੂੰ ਦਿਓ ਇਜਾਜ਼ਤ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।